ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹ ਸੰਗਤ ਜੀ, ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਜੀ। ਅੱਜ ਆਪਾਂ ਲਾਈਵ ਸਿਰਾ ਦੋ ਚਾਰ ਮਿੰਟ ਆਪਾਂ ਲਾਈਵ ਹੋਣਾ ਹੈ। ਲਾਈਵ ਦੇ ਵਿੱਚ ਆਇਓ ਜਿਹੜੇ ਜਿਹੜੇ ਵੀਰਾਂ ਨੇ ਕੱਲ੍ਹ ਵੀਡੀਓ ਵੇਖੀ ਸੀ ਨਾ, ਤੋ ਜਿਸ ਵੀਡੀਓ ਦੇ ਆਪਾਂ ਕੋਆਰਡੀਨੇਟ ਗੱਲ ਕੀਤੀ ਸੀ ਵੀ ਇੱਕ ਵੀਰ ਆਪਣਾ ਪੰਜਾਬ ਪੁਲਿਸ ਦੇ ਵਿੱਚ ਆ, ਸਤਿੰਦਰ ਗਿੱਲ, ਅਤੇ ਜਿਸਨੇ ਕੰਗਣਾ ਰਣੌਤ ਦੇ ਹੱਕ ਦੇ ਵਿੱਚ ਵੀਡੀਓ ਪਾਈ ਸੀ, ਅਤੇ ਆਪਣੇ ਪੰਜਾਬੀ ਭਰਾਵਾਂ ਨੇ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ 2-2500 ਉਸ ਵੀਰ ਨੂੰ ਗਾਲ ਕੱਢੀ। ਅਤੇ ਇਹ ਵੀਰ ਦੀ ਵੀਡੀਓ ਸਾਨੂੰ ਕਿਸੇ ਬੰਦੇ ਨੇ, ਵੀਰ ਭਰਾ ਨੇ ਸੈਂਡ ਕੀਤੀ ਸੀ ਵੀ ਆ ਬਾਬਾ ਜੀ ਵੀਡੀਓ ਦੇਖੋ, ਅਤੇ ਇਸ ਵੀਡੀਓ ਦੇ ਵਿੱਚ ਵੇਖੋ ਕੀ ਕੁਛ ਬੋਲਿਆ ਗਿਆ ਆ। ਅਤੇ ਅਸੀਂ ਉਸ ਵੀਡੀਓ ਦੀ ਫਿਰ ਜਾਂਚ ਕੀਤੀ, ਦੇਖੀ ਆ, ਕਿਉਂਕਿ ਸਾਡਾ ਮਕਸਦ ਆ ਵੀ ਆਪਸ ਵਿੱਚ ਜੋ ਮਰਜ਼ੀ ਬੰਦਾ ਕੋਈ ਗੱਲਬਾਤ ਕਰੇ ਅਤੇ ਮਾੜਾ ਚੰਗਾ ਨਾ ਬੋਲੇ। ਅੱਜ ਮਾਫ਼ੀ ਵਾਲੀ ਵੀਡੀਓ ਉਸ ਵੀਰ ਨੇ ਪਾ ਦਿੱਤੀ ਆ, ਮੈਂ ਆਪ ਜੀ ਨੂੰ ਸੁਣਾਉਣਾ ਆ, ਤਾਂ ਤੁਸੀਂ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਅਤੇ ਆਪਣਾ ਵੀਰ ਹਾਜ਼ਰ ਹੋ ਸਕਿਆ, ਜਸਵਿੰਦਰ ਸਿੰਘ ਲਾਲੀ ਤਰਨ ਤਾਰਨ, ਵਾਹਿਗੁਰੂ ਜੀ ਵਾਹਿਗੁਰੂ ਜੀ। ਅਤੇ ਹੋਰ ਵੀ ਵੀਰ ਆਪਣੇ ਲਾਈਵ ਦੇ ਵਿੱਚ ਜੁੜੋ, ਅਤੇ ਆਪਾਂ ਤੁਹਾਨੂੰ ਵੀਡੀਓ ਪਹਿਲਾਂ ਦਿਖਾ ਦਿੰਦੇ ਹਾਂ ਵੀ ਉਸ ਵੀਰ ਨੇ ਕੰਗਣਾ ਰਣੌਤ ਦੇ ਹੱਕ ਦੇ ਵਿੱਚ ਆ ਕੇ ਅਤੇ ਮਹਾਰਾਜ ਦੀ ਤੁਕ ਜਿਹੜੀ ਆ ਉਹਦੀ ਵਰਤੋਂ ਕੀਤੀ ਸੀ, ਜਿਸ ਨੂੰ ਕਿਹਾ ਸੀ ਕਿ ਸੋ ਕਿਉਂ ਮੰਦਾ ਆਖੀਏ ਜਿੱਦ ਜਮਹੇ ਰਾਜਾਨ, ਕਿ ਉਹ ਇੱਕ ਕੰਗਣਾ ਰਣੌਤ ਜਿਹੜੀ ਆ ਉਹ ਵੀ ਕਿਸੇ ਦੀ ਕਹਿੰਦਾ ਧੀ ਭੈਣ ਆ, ਅਤੇ ਆਪਾਂ ਨੂੰ ਮੰਦਾ ਕੋ ਕਹੀਏ। ਅਤੇ ਮੈਂ ਉਹ ਵੀਡੀਓ ਵੇਖੀ, ਅਤੇ ਮੁੜ ਕੇ ਵੀਡੀਓ ਵੇਖ ਕੇ ਤਾਂ ਮੈਂ ਆਖਿਆ ਵੀ ਬਈ ਕੰਗਣਾ ਰਣੌਤ ਸਾਡਾ ਉਹਨਾਂ ਕੋਲ ਦੇਣ ਲੈਣ ਨਹੀਂ, ਕੋਈ ਹਿਸਾਬ ਨਹੀਂ, ਉਹ ਕੋਈ ਵੱਟ ਬੰਨਣ ਦੀ ਕੋਈ ਗੱਲਬਾਤ ਨਹੀਂ, ਜਾਂ ਕੋਈ ਕਿਸੇ ਵੀ ਕਿਸਮ ਦੀ ਸਾਡੇ ਨਾਲ ਗੱਲ ਨਹੀਂ। ਜਦੋਂ ਸਾਡੀਆਂ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਖਾਲਸਾ ਪੰਥ ਪਹੁੰਚਿਆ ਸੀ ਨਾ, ਉੱਥੇ ਉਹ ਸਿੱਖ ਬੀਬੀਆਂ ਨੂੰ ਕਹਿੰਦੀਆਂ ਵੀ 200-200 ਰੁਪਈਏ ਦੇ ਇਹ ਆਈਆਂ ਹੋਈਆਂ ਆ, ਵਕਾਊ ਆ ਬੁੜੀਆਂ ਆ, ਇਹ ਗੰਦੀਆਂ ਮਾੜੀਆਂ ਚੰਗੀਆਂ ਇੱਦਾਂ ਬੋਲਦੀ। ਅਤੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਵੀਰ ਭਰਾ ਗਏ ਸੀ ਅਤੇ ਉੱਥੇ ਉਹਨਾਂ ਨੂੰ ਕਹਿੰਦੇ ਸੀ ਵੀ ਇਹ ਅੱਤਵਾਦੀ ਆਏ ਨੇ। ਇਹ ਫੁੱਲ ਬੜਾ ਫੁੱਲ ਵੀਡੀਓ ਸ਼ੇਅਰ ਕਰਿਓ ਬਈ, ਇਹ ਆ ਸਾਰਿਆਂ ਦੇ ਵਾਸਤੇ, ਸਾਰਿਆਂ ਦੇ ਵਾਸਤੇ ਵੀਡੀਓ ਆ, ਮੇਰੇ ਇਕੱਲੇ ਵਾਸਤੇ ਨਹੀਂ ਗੀ। ਅਤੇ ਉਸ ਵੀਰ ਨੂੰ ਕਿਹਾ ਸੀ ਅਤੇ ਉਸਨੇ ਵੀਰ ਨੂੰ ਵੀਡੀਓ ਬਣਾ ਕੇ ਆਪਣੇ ਪੇਜ 'ਤੇ ਵੀ ਪਾਈ ਆ, ਸੰਗਤ ਦੇ ਕੋਲੋਂ ਮਾਫ਼ੀ ਮੰਗੀ ਆ, ਅਤੇ ਵੀ ਮੈਂ ਕੰਗਣਾ ਰਣੌਤ ਨੂੰ ਉਸ ਦੇ ਨਾਲ ਮਹਾਰਾਜ ਦੀ ਗੁਰਬਾਣੀ ਦੀ ਤੁਕ ਨੂੰ ਤੁਲਨਾ ਕੀਤੀ, ਅਤੇ ਅਸੀਂ ਇਸ ਚੀਜ਼ ਦੇ ਉੱਤੇ ਸਖ਼ਤ ਸਟੈਂਡ ਲਿਆ ਵੀ ਭਾਈ ਤੂੰ ਇਹ ਗਲਤ ਕੰਮ ਕੀਤਾ, ਇਸ ਦੀ ਜਾਂ ਤਾਂ ਤੂੰ ਸੰਗਤ ਦੇ ਕੋਲੋਂ ਮਾਫ਼ੀ ਮੰਗ ਲਾ, ਨਹੀਂ ਤਾਂ ਤੇਰੇ ਉੱਤੇ 295A ਦਾ ਪਰਚਾ ਅਸੀਂ ਤਹਿਤ ਦੇ ਨਾਲ ਕਰਵਾਵਾਂਗੇ। ਅਤੇ ਸਾਰੇ ਸਿੰਘਾਂ ਦੇ ਨਾਲ ਸਾਡੀ ਗੱਲਬਾਤ ਚੱਲਣ ਡਈ, ਮੈਨੂੰ ਸਾਰੇ ਸਿੰਘਾਂ ਦਾ ਫੋਨ ਆਇਆ ਵੀ ਦੀਪ ਸਿੰਘ ਜੀ ਜਦੋਂ ਕਹੋ ਫਿਰ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਇਸ ਬੰਦੇ ਉੱਤੇ ਪਰਚਾ ਕਰਵਾਇਆ ਜਾਵੇ। ਅਤੇ ਇਸਨੇ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ, ਜਿਹੜੀ ਇੱਕ ਕੰਗਣਾ ਜਿਹੜੀ ਇੱਕ ਮਸ਼ਹੂਰ ਹੋਣ ਦੇ ਖਾਤਰ ਸਿੱਖਾਂ ਨੂੰ ਮਾੜਾ ਚੰਗਾ ਬੋਲਦੀ ਆ, ਅਤੇ ਸਿੱਖਾਂ ਨੂੰ ਵੀਰਾਂ ਨੂੰ ਭੈਣਾਂ ਭਰਾਵਾਂ ਨੂੰ ਬੋਲਦੀ ਰਹੀ ਮਾੜਾ ਚੰਗਾ, ਅਤੇ ਅੱਤਵਾਦੀ ਅਤੇ ਕਦੀ ਵੱਖਵਾਦੀ ਅਤੇ ਕਦੀ ਕੋ ਗੁੰਡੇ ਕਈ ਤਰ੍ਹਾਂ ਦੇ ਨਾਲ ਉਹ ਬੋਲਦੀ ਰਹੀ ਸ਼ਬਦ। ਅਤੇ ਅੱਜ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਵੀਰ ਦੀ, ਸੁਣ ਲਓ ਬਈ। ਉਹ ਵੀਡੀਓ ਦੇ ਪਿੱਛੇ ਜਿਹੜੀ ਮੇਰੀ ਮਨਸਾ ਵਾ ਉਹ ਗਲਤ ਨਹੀਂ ਸੀ, ਪਰ ਉਸ ਦੇ ਵਿੱਚ ਮੈਂ ਇੱਕ ਗੁਰਬਾਣੀ ਦੀ ਤੁਕ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਉਹ ਵੀਡੀਓ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਜਿਹੜਾ ਇੱਕ ਗੀਤ ਆਇਆ ਸੀ ਮੁੰਡੇ ਸ਼ੁਭ ਦਾ, ਕੰਗਣਾ ਰਣੌਤ ਬਾਰੇ ਉਹਨੇ ਕੁਛ ਬੋਲਿਆ ਸੀ, ਤੇ ਮੈਨੂੰ ਆ ਗਿਆ ਕਿ ਔਰਤ ਦੇ ਹੱਕ ਦੇ ਵਿੱਚ ਸ਼ਾਇਦ ਬੋਲਣਾ ਚਾਹੀਦਾ। ਮੈਂ ਬੋਲਿਆ ਸੋ ਜਿਹੜਾ ਬਹੁਤ ਸਾਰੇ ਆਪਣੇ ਭੈਣ ਭਰਾਵਾਂ ਨੂੰ, ਤਕਰੀਬਨ ਬਹੁਤ ਸਾਰੇ ਕੀ ਸਭ ਨੂੰ ਹੀ ਉਹ ਚੰਗਾ ਨਹੀਂ ਲੱਗਾ ਕਿ ਮੈਂ ਉਹਦੀ ਸਪੋਰਟ ਦੇ ਵਿੱਚ
ਕੁਝ ਸ਼ਬਦ ਬੋਲੇ ਆ। ਸੋ ਉਸ ਵੀਡੀਓ ਦੇ ਵਿੱਚ ਮੈਂ ਗੁਰਬਾਣੀ ਦੇ ਇੱਕ ਸ਼ਬਦ ਸੋ ਕਿਉਂ ਮੰਦਾ ਕੀ ਹੈ ਜਿੱਥੇ ਜਾਂ ਮੇਰਾ ਜਾਣ ਦਾ ਹਵਾਲਾ ਦੇ ਕੇ ਉਸ ਲੜਕੀ ਲਈ ਕੰਗਣਾ ਰਣੌਤ ਲਈ ਕੁਝ ਸ਼ਬਦ ਬੋਲੇ ਸੀ, ਜਿਹੜੇ ਸਿੱਖ ਪੰਥ ਦੀਆਂ ਕੁਝ ਸੰਪਰਦਾਵਾਂ ਜਿਹੜੀਆਂ ਆਪਣੀਆਂ ਕੁਝ ਜਥੇਬੰਦੀਆਂ ਜਿਹਨਾਂ ਨੂੰ ਉਹ ਚੀਜ਼ ਚੰਗੀ ਨਹੀਂ ਲੱਗੀ। ਸੋ ਮੈਨੂੰ ਅਣਜਾਣ ਬੱਚਾ ਸਮਝ ਕੇ ਮੈਨੂੰ ਨਹੀਂ ਪਤਾ ਕਿ ਆਪਾਂ ਗੁਰਬਾਣੀ ਦੇ ਸ਼ਬਦ ਦੀ ਵਰਤੋਂ ਕਿੱਥੇ ਕਰਨੀ ਹੈ ਤੇ ਕਿੱਥੇ ਨਹੀਂ ਕਰਨੀ। ਸੋ ਮੇਰੇ ਕੋਲੋਂ ਇਹ ਗਲਤੀ ਹੋਈ ਹੈ, ਭੁੱਲ ਹੋਈ ਹੈ। ਸੋ ਮੈਂ ਇਸ ਚੀਜ਼ ਦੀ ਜਿਹੜੀ ਆ ਉਹ ਸਿੱਖ ਸੰਗਤਾਂ ਕੋਲੋਂ ਮਾਫ਼ੀ ਮੰਗਦਾ ਕਿ ਮੈਂ ਅਜਿਹਾ ਸ਼ਬਦ ਜਿਹੜਾ ਵਾ ਉਹ ਆਪਣੀ ਵੀਡੀਓ ਦੇ ਵਿੱਚ ਵਰਤਿਆ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਆਪਣਾ ਛੋਟਾ ਵੀਰ ਵੱਡਾ ਵੀਰ ਆਪਣਾ ਬੱਚਾ ਸਮਝ ਕੇ ਜ਼ਰੂਰ ਮਾਫ਼ ਕਰੋਗੇ। ਮੈਂ ਅੱਗੇ ਤੋਂ ਜ਼ਰੂਰ ਖਿਆਲ ਰੱਖਾਂਗਾ ਕਿ ਇਸ ਤਰ੍ਹਾਂ ਆਮ ਜਿਹੜੀ ਵੀਡੀਓ ਪਾਈ ਦੀ ਹੈ ਉਹਦੇ ਵਿੱਚ ਗੁਰਬਾਣੀ ਦੀ ਕਿਸੇ ਸ਼ਬਦ ਦੀ ਕਿਸੇ ਤੁੱਕ ਦੀ ਵਰਤੋਂ ਨਾ ਕੀਤੀ ਜਾਵੇ। ਸੋ ਹੱਥ ਜੋੜ ਕੇ ਮੈਂ ਮਾਫ਼ੀ ਮੰਗਦਾ ਕਿ ਮੈਂ ਇਸ ਦੇ ਵਿੱਚ ਜਿਹੜੀ ਆ ਉਹ ਗੁਰਬਾਣੀ ਦੇ ਸ਼ਬਦ ਦੀ ਵਰਤੋਂ ਕੀਤੀ ਸੀ। ਹਾਂਜੀ ਸਾਧ ਸੰਗਤ ਜੀ, ਵੇਖੋ ਸਾਡਾ ਕੰਮ ਆ ਵੀ ਬੰਦਾ ਹਰੇਕ ਕੋਈ ਆਪੋ ਆਪਣੇ ਕਿਰਦਾਰ 'ਤੇ ਸਹੀ ਰਹੇ, ਅਤੇ ਸਾਡਾ ਇਹ ਨਹੀਂ ਕੰਮ ਵੀ ਅਸੀਂ ਕਿਸੇ ਨੂੰ ਨੀਵਾਂ ਵਿਖਾਈਏ। ਸਾਡਾ ਇਹ ਕੰਮ ਨਹੀਂ ਗਾ ਵੀ ਵੀਰ ਨੇ ਕਿਤੇ ਸੋਰੀ ਫੀਲ ਕੀਤੀ ਆ ਅਤੇ ਜਾਂ ਇਸ ਵੀਰ ਨੇ ਬੜੀ ਨਿਮਰਤਾ ਸਹਿਤ ਸਿੱਖ ਪੰਥ ਦੇ ਕੋਲੋਂ ਸੋਰੀ ਫੀਲ ਕੀਤੀ ਆ ਅਤੇ ਅਸੀਂ ਇਹਨੂੰ ਨੀਵਾਂ ਕਹੀਏ ਅਤੇ ਚੱਲ ਨਹੀਂ। ਇਹ ਸਗੋਂ ਉੱਚਾ ਹੋ ਗਿਆ ਮਾਫ਼ੀ ਮੰਗ ਕੇ ਵੀ ਜੇਕਰ ਸਾਡੇ ਪੰਥ ਦੇ ਵਿੱਚ ਕੋਈ ਗਲਤੀ ਹੋ ਜਾਵੇ ਕਿਸੇ ਦੇ ਕੋਲੋਂ ਅਤੇ ਉਸਨੂੰ ਜੇ ਸਹੀ ਰਹਿ ਦੇ ਕੇ ਸੱਚ ਦੇ ਨਾਲ ਜੋੜਿਆ ਜਾਵੇ ਵੀ ਭਾਈ ਜਾਂ ਤਾਂ ਫਿਰ ਤੇਰੇ ਦੇ ਉੱਤੇ 295 ਏ ਦਾ ਪਰਚਾ ਹੋਊਗਾ ਅਤੇ ਜਾਂ ਫਿਰ ਤੂੰ ਭਾਈ ਇਸ ਚੀਜ਼ ਦੀ ਤੂੰ ਆਪਣੀ ਦੱਸ ਕੇ ਵੀਡੀਓ ਪਾ ਕੇ ਅਤੇ ਸਿੱਖ ਪੰਥ ਦੇ ਕੋਲੋਂ ਖਿਮਾ ਦਾ ਅਜਾਚਕ ਬਣ ਅਤੇ ਖਾਲਸਾ ਪੰਥ ਬਖਸ਼ਣ ਹਾਰ ਆ ਵਿੱਚ ਸੰਗਤ ਹਾਰ ਪ੍ਰਭ ਵਸੇ। ਅਤੇ ਮੈਂ ਇਸ ਵੀਰ ਨੂੰ ਕਿਹਾ ਵੀ ਤੈਨੂੰ ਵੀਰ ਜੀ ਆਪਣੀ ਨੌਕਰੀ ਦੇ ਨਾਲ ਮਤਬਰ ਹੋਣਾ ਚਾਹੀਦਾ, ਘਰ ਦੇ ਵਿੱਚ ਤੇਰੇ ਵੀ ਬੱਚੇ ਆ, ਤੇਰੇ ਵੀ ਘਰ ਵਾਲੀ ਆ, ਸਾਰੇ ਬੱਚੇ ਸਾਡੇ ਬੱਚੇ ਜਾਂ ਤੇਰੇ ਬੱਚਿਆਂ ਵਿੱਚ ਕੋਈ ਫਰਕ ਨਹੀਂ ਗਾ, ਅਸੀਂ ਤੇਰੇ ਭਰਾ, ਤੂੰ ਸਾਡਾ ਭਰਾ ਆ, ਅਸੀਂ ਕੋਈ ਗੱਲ ਨਹੀਂ, ਚਲੋ ਅਸੀਂ ਇਹ ਨਹੀਂ ਆਉਂਦੇ ਵੀ ਅਸੀਂ ਹੁਣ ਕਿਸੇ ਦੇ ਨਾਲ ਧੱਕਾ ਹੀ ਕਰ ਲਈਏ, ਪਰ ਕਰਦੀ ਤੇ ਇਹ ਪੰਜਾਬ ਪੁਲਿਸ ਹੀ ਹੁੰਦੀ ਹੈ ਧੱਕਾ, ਪਰ ਇਹ ਮੁਲਾਜ਼ਮ ਆ। ਤਾਂ ਮੈਂ ਇਹਨੂੰ ਆਖਿਆ ਵੀਰਾ ਤੂੰ ਚੰਗੇ ਭਲੇ ਆਪਣੀ ਡਿਊਟੀ ਕਰ ਅਤੇ ਤੂੰ ਚੜ੍ਹਦੀ ਕਲਾ ਵਿੱਚ ਰਹਿ, ਅਸੀਂ ਤੇਰੇ ਨਾਲ ਹਾਂ, ਕੋਈ ਨਹੀਂ ਜੇ ਤੂੰ ਇਹ ਗੱਲ ਕਰ ਲਈ ਆ ਤਾਂ ਅਸੀਂ ਤੇਰੇ ਉੱਤੇ ਕੋਈ ਇਹ ਨਹੀਂ ਆਉਂਦੇ ਵੀ ਜੇ ਤੂੰ, ਹਾਂ ਜੇ ਤੂੰ ਸਾਡੇ ਉੱਤੇ ਮਤਲਬ ਸਾਡੇ ਨਾਲ ਜੇ ਕੋਈ ਫੋਨ 'ਤੇ ਕੋਈ ਵੱਧ ਘੱਟ ਗੱਲ ਕਰਦਾ ਵੀ ਮੈਂ ਆਪਣੀ ਡਿਊਟੀ ਦਾ, ਜੇ ਤੂੰ ਸਾਡੇ 'ਤੇ ਧਮਕੀ ਦਿੰਦਾ ਵੀ ਜਾਓ ਜੋ ਮਰਜ਼ੀ ਕਰ ਲਓ ਅਸੀਂ ਨਹੀਂ ਡਰਦੇ, ਅਸੀਂ ਨਹੀਂ ਡਰਦੇ, ਅਸੀਂ ਤਾਂ ਇੱਦਾਂ ਹੀ ਬੋਲਾਂਗੇ, ਜੇ ਤੂੰ ਇੱਦਾਂ ਕਰਦਾ ਤਾਂ ਫਿਰ ਤੇਰੇ ਉੱਤੇ 295 ਏ ਦਾ ਪਰਚਾ ਜ਼ਰੂਰ, ਅਸੀਂ ਸਿੰਘਾਂ ਨੇ ਸਾਰਿਆਂ ਨੇ ਸਲਾਹ ਕੀਤੀ ਕਰਵਾ ਹੀ ਛੱਡਣਾ ਸੀ ਅਤੇ ਕਰਵਾ ਕੇ ਫਿਰ ਹੀ ਉੱਥੋਂ ਉੱਠਣਾ ਸੀ। ਅਤੇ ਇਸ ਵੀਰ ਨੇ ਵਧੀਆ ਕੀਤਾ ਆ, ਅੱਗੇ ਤੋਂ ਵੀ ਜੋ ਵੀ ਕੋਈ ਵੀਰ ਆ ਉਹ ਆਪੋ ਆਪਣਾ ਕੰਮ ਧੰਦਾ ਆਪੋ ਆਪਣੀ ਵੀਡੀਓ ਲਾਈਵ ਜੋ ਮਰਜ਼ੀ ਪਾਓ, ਪਰ ਮਹਾਰਾਜ ਦੀ ਤੁੱਕ ਨੂੰ ਆਪਣੇ ਨਿੱਜੀ ਸਵਾਰਥ ਵਾਸਤੇ ਵਰਤਣ ਵਾਸਤੇ ਜਾਂ ਕਿਸੇ ਦੀ ਸਪੋਰਟ ਨਿੱਜੀ ਕੋਈ ਇਹੋ ਜਿਹੀਆਂ ਅੱਧ ਨੰਗੇ ਕੱਪੜੇ ਪਾ ਕੇ ਕੰਗਣਾ ਵਰਗੀਆਂ ਆ ਜਾਂਦੀਆਂ ਭੇਡਾਂ ਜਿਹੜੀਆਂ ਨੇ ਅਤੇ ਇਹਨਾਂ ਨੂੰ ਇਹਨਾਂ ਦੇ ਤੁੱਕਾਂ ਲਾ ਕੇ ਜਾਂ ਹੋਰ ਵੀ ਕੰਗਣਾ ਵਰਗੀਆਂ ਆ ਜਾਂਦੀਆਂ ਉਹਨਾਂ ਨੂੰ ਵੀ ਮਹਾਰਾਜ ਦੀ ਤੁੱਕ ਦੇ ਨਾਲ ਜੋੜ ਕੇ ਸ਼ਾਮਿਲ ਨਾ ਕੀਤਾ ਜਾਵੇ, ਨਹੀਂ ਤਾਂ ਫਿਰ ਇੱਦਾਂ ਹੀ ਆ, ਫਿਰ ਇੱਦਾਂ ਹੀ ਆ ਗੱਡੀ ਚੱਲਣੀ ਫਿਰ ਹੈ। ਅਤੇ ਅਸੀਂ ਇਹ ਵੀਰ ਨੂੰ ਕਿਹਾ ਸੀ ਵੀ ਭਾਈ ਇੱਥੇ ਤੇਰੀ ਗਲਤੀ ਆ ਅਤੇ ਖਾਲਸਾ ਪੰਥ ਬਖਸ਼ਣ ਹਾਰ ਆ ਅਤੇ ਭਾਈ ਸੋਰੀ ਫੀਲ ਆਪਣੀ ਕਰ ਲਾ। ਜਿੱਥੇ ਚਲੋ ਮੰਨ ਲਓ ਆਪਣੇ ਸਿੰਘ ਸੂਰਮੇ ਆ ਉਹਨਾਂ ਦੇ ਕੋਲੋਂ ਵੀ ਕਿਸੇ ਵੇਲੇ ਹੋ ਜਾਂਦੀ ਕੋਈ ਨਾ ਕੋਈ ਭੁੱਲ, ਬੰਦਾ ਭੁੱਲਣ ਹਾਰ ਆ ਗੁਰਬਾਣੀ ਦੇ ਵਿੱਚ ਲਿਖਿਆ ਅਤੇ ਗੁਰੂ ਬਖਸ਼ਣ ਹਾਰ ਆ ਅਤੇ ਗੁਰੂ ਬਖਸ਼ ਦਿੰਦਾ, ਗੁਰੂ ਇੱਕ ਸੰਗਤ ਹੀ ਆ ਗਏ। ਅਤੇ ਚਲੋ ਠੀਕ ਆ ਖਾਲਸਾ ਪੰਥ ਜੀ, ਇਸ ਵੀਰ ਨੂੰ ਤੁਸੀਂ ਮਾਫ਼ ਕਰਿਓ ਅਤੇ ਇਸ ਵੀਰ ਨੇ ਤੁਹਾਡੇ ਕੋਲ ਸੋਰੀ ਫੀਲ ਕੀਤੀ ਆ, ਇਸ ਨੂੰ ਵੀਰ ਨੂੰ
ਕਮੈਂਟਾਂ ਦੇ ਵਿੱਚ ਵੀਰਾਂ ਨੇ ਬਹੁਤ ਸਾਰੀਆਂ ਗਾਲਾਂ ਕੱਢੀਆਂ ਤੇ ਹੁਣ ਮੈਂ ਇੱਕ ਤੁਹਾਨੂੰ ਗੁਜ਼ਾਰਿਸ਼ ਇਹ ਕਰਦਾ ਆ ਵੀ ਆਹ ਜਿੱਦਾਂ ਹੁਣ ਆਪਣੀ ਵੀਡੀਓ ਨਾ ਇਹ ਵੀਡੀਓ ਦੇ ਵਿੱਚ ਤੁਸੀਂ ਗਾਲਾਂ ਨਾ ਕੱਢਿਓ ਯਾਰ, ਠੀਕ ਆ ਨਾ? ਜੇ ਅਗਲੇ ਨੇ ਨਿਮਰਤਾ ਸਾਹਿਬ ਹੁਣ ਮਾਫ਼ੀ ਮੰਗ ਲਈ ਹੈ ਨਾ ਖਾਲਸੇ ਪੰਥ ਦੇ ਕੋਲੋਂ, ਤਾਂ ਤੁਸੀਂ ਗਾਲਾਂ ਨਾ ਕੱਢਿਓ ਯਾਰ। ਉੱਦਾਂ ਜੋ ਮਰਜ਼ੀ ਲਿਖ ਲਿਓ ਗੱਲ ਵੀ ਨਹੀਂ ਯਾਰ ਤੈਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ, ਇੱਦਾਂ ਗੱਲ ਕਰਨੀ ਚਾਹੀਦੀ ਸੀ, ਤਾਂ ਤੁਸੀਂ ਗਾਲਾਂ ਨਾ ਕੱਢਿਓ। ਕਿਉਂਕਿ ਇਹਨੂੰ ਚਲੋ ਉਸ ਟਾਈਮ 'ਤੇ ਪਤਾ ਨਹੀਂ ਇਹ ਤਾਂ ਵਿਊ ਲੈਣ ਦੇ ਚੱਕਰ ਵਿੱਚ ਵੀਡੀਓ ਪਾ ਬੈਠਾ, ਅਤੇ ਪਰ ਆਪਾਂ ਕਮੈਂਟਾਂ ਦੇ ਵਿੱਚ ਥੋੜ੍ਹਾ ਜਿਹਾ ਗਰੇਜ਼ ਕਰਨਾ ਗਾਲਾਂ ਤੋਂ, ਗਾਲਾਂ ਨਾ ਕੱਢਿਓ, ਠੀਕ ਆ ਜੀ? ਅਤੇ ਬਾਕੀ ਆਪ ਜੀ ਦਾ ਦਾਸ, ਆਪ ਜੀ ਦਾ ਬੱਚਾ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਹਾਜ਼ਰ ਆ ਜੀ, ਅਤੇ ਸਾਡਾ ਸਿਰ ਜਿਹੜਾ ਸਾਰੀ ਸੰਗਤ ਦੇ ਚਰਨਾਂ 'ਚ ਝੁਕਦਾ ਆ। ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਹਾਂ, ਜਿਹੜੇ ਸਾਨੂੰ ਸਾਡੀ ਵੀਡੀਓ ਥੱਲੇ ਆ ਕੇ ਵੱਧ ਘੱਟ ਕਮੈਂਟ ਕਰਦੇ ਆ ਨਾ, ਮੇਰੇ ਫੇਸਬੁੱਕ ਦੇ ਪੇਜ ਦੇ ਉੱਤੇ ਨੰਬਰ ਪਿਆ ਆ, ਮੈਨੂੰ ਕਮੈਂਟ ਕਰਨ ਦੀ ਲੋੜ ਨਹੀਂ, ਮੈਨੂੰ ਸਿੱਧਾ ਫੋਨ ਕਰ ਲਿਓ, ਅਤੇ ਮੈਂ ਜੇ ਕੋਈ ਗੱਲਬਾਤ ਜੇ ਕੋਈ ਕਾਣ ਹੋਵੇ ਤਾਂ ਤੁਸੀਂ ਮੇਰੇ ਨਾਲ ਫੋਨ 'ਤੇ ਗੱਲ ਕਰ ਲਿਓ। ਕਿਉਂਕਿ ਅਸੀਂ ਡਰਨ ਡਰਨ ਵਾਲੇ ਹੈ ਨਹੀਂ, ਉਹ ਖਾਲਸਾ ਪੰਥ ਆ, ਨਿਹੰਗ ਸਿੰਘ ਫੌਜਾਂ ਆ। ਅਤੇ ਪਹਿਲੇ ਜਿਹੜੇ ਲੋਕ ਕੰਮ ਹੁਣ ਕਰਦੇ ਫਿਰਦੇ ਆ ਨਾ, ਉਹ ਦੀਪ ਸਿੰਘ ਖਾਲਸਾ ਨੇ ਕੰਮ ਕਰ ਕਰਕੇ ਪਹਿਲਾਂ ਹੀ ਬੜੇ ਸਾਲ ਪਹਿਲਾਂ ਹੀ ਕੰਮ ਕਰ ਕਰਕੇ ਛੱਡੇ ਹੋਏ ਆ, ਉਹ ਸ਼ਰਤ 'ਤੇ ਕੰਮ ਸਾਰੇ। ਅਤੇ ਜਿਹੜੇ ਮੇਰੇ ਯਾਦਾਂ ਪੁਰਾਣੀਆਂ ਕਮੈਂਟਾਂ ਦੇ ਵਿੱਚ ਕਰਨਾ ਚਾਹੁੰਦੇ ਆ ਨਾ, ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਮੈਂ ਬਹੁਤਾ ਦੂਰ ਨਹੀਂ ਗਾ, ਤੁਸੀਂ ਮੇਰੇ ਕੋਲ ਸਿੱਧਾ ਆ ਜਾਓ, ਜਾਂ ਮੈਨੂੰ ਫੋਨ ਕਰ ਲਓ, ਜਾਂ ਮੈਂ ਤੁਹਾਡੇ ਕੋਲ ਆ ਜਾਂਦਾ ਜੇ ਜ਼ਿਆਦਾ ਖੁਰਕ ਲੜਦੀ ਹੈ ਨਾ, ਜ਼ਿਆਦਾ ਕੋਈ ਮਿਰਚਾਂ ਲੜਦੀਆਂ, ਅਤੇ ਮੈਂ ਤੁਹਾਡੇ ਕੋਲ ਆ ਜਾਂਦਾ। ਕਿਉਂਕਿ ਡਰਨ ਵਾਲਾ ਨਹੀਂ ਗਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਦਾ ਪੁੱਤਰ ਹਾਂ, ਅਤੇ ਪੁੱਤਰ ਹੀ ਸਦਾ ਰਹੂੰਗਾ, ਕੋਈ ਭਗੌੜਾ ਨਹੀਂ ਗਾ ਮੈਂ, ਤਾਂ ਠੀਕ ਹੈ ਨਾ? ਅਤੇ ਇੰਨੇ ਵਿੱਚ ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਅਤੇ ਇਸ ਵੀਰ ਨੇ ਖਾਲਸੇ ਪੰਥ ਦੇ ਕੋਲੋਂ ਮਾਫ਼ੀ ਮੰਗ ਲਈ ਆ, ਤਾਂ ਮੈਂ ਇਹਨੂੰ ਕਿਹਾ ਵੀ ਭਰਾਵਾ ਤੂੰ ਆਪਣੀ ਨੌਕਰੀ ਕਰ, ਕੋਈ ਆਪਣਾ ਪੇਸ਼ਾ ਕਰ, ਆਪਣੇ ਬੱਚੇ ਪਾਲ ਯਾਰ, ਵਿਊ ਦੇ ਚੱਕਰਾਂ ਦੇ ਵਿੱਚ ਵੀ ਮੈਨੂੰ ਇੰਨੀ ਦੁਨੀਆ ਸੁਣੂਗੀ, ਇੰਨੀ ਦੁਨੀਆ ਵੇਖੂਗੀ, ਉਹ ਅਸੀਂ ਤਾਂ ਹੁਣ ਹੈ ਇੱਦਾਂ ਦੇ ਹਾਂ, ਅਸੀਂ ਤਾਂ ਸਾਡਾ ਤਾਂ ਮਹਾਰਾਜ ਨੇ ਡਿਊਟੀ ਇੱਦਾਂ ਲਾਈ ਆ, ਆਲ ਰਾਊਂਡਰ ਆ ਜੀ, ਜਿੱਥੇ ਮਹਾਰਾਜ ਸਾਨੂੰ ਫਿੱਟ ਕਰਦਾ ਅਸੀਂ ਉੱਥੇ ਫਿੱਟ ਹੋ ਜਾਂਦੇ, ਜਿੱਦਾਂ ਦਾ ਪ੍ਰਚਾਰ ਮਹਾਰਾਜ ਕਰਵਾਉਂਦਾ ਉੱਦਾਂ ਦਾ ਕਰ ਦੀਗਾ। ਅਤੇ ਅਸੀਂ ਕਿਹੜਾ ਕਿਸੇ ਕੋਲ ਕੋਈ ਸ਼ੀਲਡ ਲੈਣੀ ਜਾਂ ਕੋਈ ਨਾਮ ਲੈਣਾ ਹੈ ਵੀ ਸਾਨੂੰ ਕੋਈ ਨਾਮ ਦੇਊਗਾ, ਕਰੇ ਸਾਨੂੰ ਕੋਈ ਇੱਦਾਂ, ਜੇ ਇੱਦਾਂ ਬੋਲਾਂਗੇ ਤਾਂ ਸਾਨੂੰ ਇੱਦਾਂ ਕਰੇ ਪੈਸੇ ਨਹੀਂ ਦੇਣੇ, ਜਾਂ ਇੱਦਾਂ ਨਹੀਂ ਪੈਸੇ ਦੇਣੇ, ਅਸੀਂ ਕੋਈ ਕੋਈ ਪੈਸੇ ਲੈਣੇ ਦੱਸ? ਅਸੀਂ ਤਾਂ ਖਾਲਸੇ ਪੰਥ ਦੇ ਕੂਕਰ ਹਾਂ, ਦਾਸ ਹਾਂ, ਸਾਨੂੰ ਤਾਂ ਜਿੱਦਾਂ ਦਾ ਗੁਰੂ ਨੇ ਵਚਨ ਕੀਤਾ ਗੁਰੂ ਦੇ ਨਾਲ ਉੱਦਾਂ ਦਾ ਹੀ ਪ੍ਰਚਾਰ ਅਸੀਂ ਆਪਣੀ ਔਕਾਤ ਦੇ ਬਰਾਬਰ ਰਹਿ ਕੇ ਕਰ ਰਹੇ ਹਾਂ ਜੀ, ਅਤੇ ਬਾਕੀ ਤੁਹਾਡੀ ਮਰਜ਼ੀ ਆ ਜੀ। ਅਤੇ ਵੀਰ ਭਰਾ ਜਿਹੜੇ ਮਾੜਾ ਚੰਗਾ ਲਿਖਣ ਵਾਲੇ ਆ, ਉਹ ਪੇਜ ਦੇ ਉੱਤੇ ਨੰਬਰ ਪਿਆ, ਪੇਜ ਨੂੰ ਉੱਤੇ ਨੰਬਰ 'ਤੇ ਟਿੱਕ ਕਰਕੇ ਨੰਬਰ ਕੱਢ ਕੇ ਮੈਨੂੰ ਫੋਨ ਕਰ ਲਿਓ, ਠੀਕ ਆ ਜੀ? ਉੱਥੇ ਆਪਾਂ ਤਸੱਲੀ ਸਰਵਿਸ ਇੰਜਣ ਕਰ ਦਾਂਗੇ, ਠੀਕ ਆ ਜੀ? ਇੰਜਣ ਉਂਜਣ ਕਿਸੇ ਨੇ ਕਰਵਾਉਣਾ ਹੋਵੇ ਜਾਂ ਸਰਵਿਸ ਕਰਵਾਉਣੀ ਹੋਵੇ ਤਾਂ ਉਹ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ, ਆਪਣੇ ਕੋਲ ਬੰਦੇ ਹੈਗੇ ਬਹੁਤ, ਠੀਕ ਆ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਕਈ ਲੋਕ ਮੈਨੂੰ ਆਉਂਦੇ ਆ ਵੀ ਇਹ ਖੌਤੀ ਨਹੀਂ ਆਉਂਦੇ ਆ, ਇਹ ਅਖੌਤੀ ਆ, ਇਹ ਡੁਪਲੀਕੇਟ ਨਿਹੰਗ ਆ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇੱਦਾਂ ਕਰੋ, ਜੇ ਮੈਂ ਡੁਪਲੀਕੇਟ ਹਾਂ ਤੁਸੀਂ ਕੋਈ ਨਿਹੰਗ ਵਧੀਆ ਜਿਹਾ ਲੱਭ ਲਓ, ਉਹਨੂੰ ਆਪਣੀ ਭੈਣ ਦਾ ਰਿਸ਼ਤਾ ਕਰ ਲਿਓ, ਠੀਕ ਆ ਜੀ? ਮੈਂ ਤਾਂ ਲੈਣਾ ਨਹੀਂ, ਮੈਂ ਤਾਂ ਆਲਰੇਡੀ ਮੈਰਿਜ ਹਾਂ, ਮੈਰਿਡ ਹਾਂ, ਠੀਕ ਆ ਜੀ? ਜੇ ਅਨਮੈਰਿਡ ਹੁੰਦਾ ਤਾਂ ਫਿਰ ਮੈਂ ਉਹਨਾਂ ਨੂੰ ਕਮੈਂਟ ਵਾਲਿਆਂ ਨੂੰ ਕਹਿੰਦਾ ਵੀ ਹਾਂ ਵੀ ਕਰ ਲਓ ਰਿਸ਼ਤਾ ਮੈਨੂੰ, ਠੀਕ ਆ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।